ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਅਵਤਾਰ ਸਿੰਘ ਹਿੱਤ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਮੈਂਬਰ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨੂੰ ਨਿਮਾਣਿਆਂ ਦਾ ਮਾਣ ਨਿਤਾਣ ਦਾ ਤਾਣ ਕਹਿ ਕੇ ਸੰਬੋਧਨ ਕਰ ਰਹੇ ਸਨ ਜਿਸ ਤੋਂ ਬਾਅਦ ਸਿੱਖ ਹਲਕਿਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ 28 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਦਿੱਤਾ ਗਿਆ ਅਵਤਾਰ ਸਿੰਘ ਹਿੱਤ ਨੂੰ ਹਿੱਤ ਦਾ ਇਸ ਮਾਮਲੇ ਤੇ ਕੀ ਕਹਿਣਾ ਆਓ ਸੁਣਦੇ ਹਾਂ ਮੈਨੂੰ ਤਲਬ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕਿਉਂ ਤਲਬ ਕੀਤਾ ਗਿਆ ਕਿਸ ਕਰਕੇ ਕੀਤਾ ਗਿਆ ਲੇਕਿਨ ਬਾਅਦ ਚ ਹੁਣ ਪਤਾ ਲੱਗਾ ਮੈਨੂੰ ਕਿ ਉਹ ਜਿਹੜੇ ਲਫਜ਼ ਮੈਂ ਕਹਿਆ ਮੈਂ ਜੋ ਉੱਥੇ ਬੋਲਿਆ ਸੀ ਉਦੋਂ ਸਿੰਘ ਸਾਹਿਬ ਵੀ ਉੱਥੇ ਸੀ ਪ੍ਰਧਾਨ ਸਾਹਿਬ ਵੀ ਉੱਥੇ ਸੀ ਸਾਰੇ ਉੱਥੇ ਸਨ ਤੇ ਮੈਨੂੰ ਕਿਸੇ ਨੇ ਕਿਹਾ ਵੀ ਨਹੀਂ ਮੈਨੂੰ ਟੋਕਿਆ ਵੀ ਨਹੀਂ ਕਿਸੇ ਨੇ ਮੈਨੂੰ ਲੋਕਾਂ ਨੇ ਬੜੇ ਬਹੁਤ ਤਾਰੀਫਾਂ ਕੀਤੀਆਂ ਮੈਂ ਤੂੰ ਬੜਾ ਅੱਛਾ ਬੋਲਿਆ ਪਰ ਉਹਦੇ ਲਫਜ਼ ਅਰਦਾਸ ਵਾਲੇ ਵਿੱਚ ਆ ਗਿਆ ਵੀ ਮੈਂ ਨਿਮਾਨੇ ਦਾ ਮਾਨ ਨਾਣਾ ਨਾਣਾ ਉਹ ਗੱਲ ਮੈਂ ਕਹੀ ਆ ਕਿ ਬਿਹਾਰੀਆਂ ਦਾ ਇਹ ਮਸੀਹਾ ਹੈ ਇਹ ਰਾਜਾ ਹੈ ਇਹ ਮਹਾਰਾਜਾ ਹੈ ਕਿਉਂਕਿ ਇਹਨੇ ਬਹੁਤ ਸੇਵਾ ਕੀਤੀ ਆ ਇਥੋਂ ਦੇ ਗਰੀਬਾਂ ਦੀ ਤੈਨੂੰ ਗਰੀਬ ਨਵਾਜ਼ ਕਿਹਾ ਜਾ ਸਕਦਾ ਨਿਮਾਨੇ ਦਾ ਮਾਨ ਕਿਹਾ ਜਾ ਸਕਦਾ ਇਹ ਮੈਂ ਕਹਿੰਿਆ ਗੱਲਾਂ ਇਹਦੇ ਕੋਈ ਦੋਰਾ ਨਾ ਸ਼ੱਕ ਹੈ ਕੋਈ ਅੋਜ ਸਿੰਘ ਸਾਹਿਬ ਇਹ ਕਹਿੰਦੇ ਵੀ ਕਹੀ ਮੈਂ ਕਹੀ ਆ ਬਿਲਕੁਲ ਮੈਂ ਸਮਝਾ ਮੈਂ ਨਾ ਭਾਵਕ ਹੋ ਕੇ ਤੇ ਸਰ ਉਹ ਨੂੰ ਸਰਕਾਰ ਵਿੱਚ ਇਹ ਗੱਲਾਂ ਕਹਿ ਗਿਆ ਕਿਉਂਕਿ ਉਹਨੇ ਕੰਮ ਬੜੇ ਕੀਤੇ ਆ ਉਹ 65 ਕਰੋੜ 1500 ਕਰੋੜ ਦੀ ਜਮੀਨਾਂ ਜਿਹੜੀ ਸਦੀਆਂ ਤੋਂ ਉੱਥੇ ਪਈ ਸੀ ਤੇ ਦਿੱਤੀ ਨਹੀਂ ਕਿਸੇ ਨੇ ਅੱਜ ਉਹਨੇ ਉਹ ਜਮੀਨ ਛਣ ਛੜਾ ਕੇ ਫ੍ਰੀ ਆਫ ਕਾਸਟ ਦਿੱਤੀ ਆ ਨਕਸ਼ਾ ਪਾਸ ਕਰਕੇ ਦਿੱਤੀ ਆ 550 ਸਾਲਾ ਉੱਥੇ ਬਣਾਇਆ ਜਾਣਾ ਇਹ ਕੋਨੇ ਅਨਾਉਂਸ ਕਰਤਾ 1000 ਕਮਰੇ ਦੀ ਮਸਰਾ ਬਣਾਉਂਗਾ ਜਿੱਥੇ 5000 ਬੰਦਾ ਠਹਿਰੇਗਾ ਸਿੱਖਾਂ ਵਾਸਤੇ ਇੱਕ ਸਪੈਸ਼ਲ ਆਪਣੇ ਘੋਦੇ ਵਾਸਤੇ ਤਖਤ ਸਾਹਿਬ ਵਾਸਤੇ ਦਿੱਤੀ ਉਹਨੇ ਕਿ ਡਬਲ ਦੀ ਗੱਲ ਆ ਇਹ ਹਰ ਸਾਲ ਕਿਹਦਾ ਟੈਂਟ ਲਾਉਣੇ ਪੈਂਦੇ ਹੁਣ ਨਹੀਂ ਲਾਉਂਗਾ ਟੈਂਟ ਪੱਕਾ ਦਾ ਉਹਨਾਂ ਦੇ ਵਾਸਤੇ ਗੁਰੂ ਦਾ ਬਾਗ ਬਣਾ ਰਿਹਾ ਉਹਦੇ ਵਾਸਤੇ ਤਿਆਰੀ ਕੀਤੀ 165 ਕਰੋੜ ਲਾ ਕੇ ਗੁਰਮਤ ਦਾ ਪ੍ਰਚਾਰ ਕੇਂਦਰ ਉੱਥੇ ਬਣਾ ਰਿਹਾ ਉਹ ਸ਼ੁਰੂ ਵੀ ਕਰਾਤਾ ਉਹ ਵੀ ਕਹਿੰਦਾ ਮੈਂ 550 ਸਾਲ ਤੋਂ ਪਹਿਲਾਂ ਪਿੰਡਾਂ ਦੇ ਹਵਾਲੇ ਕਰ ਦੂੰਗਾ ਮੇਰਾ ਮਤਲਬ ਜਿਹੜਾ ਗੁਰੂ ਸਾਹਿਬ ਦਾ ਇੰਨੀ ਸ਼ਰਧਾ ਕਰਦਾ ਇੰਨਾ ਕੁਝ ਕਰਦਾ ਮੇਰੇ मुंह ਮੈਂ ਕਿਸੇ ਲਾਲਚ ਵਾਸਤੇ ਨਹੀਂ ਕਿਹਾ ਕਿਸੇ ਪ੍ਰੈਸ਼ਰ ਨਹੀਂ ਮੈਂ ਸਤਕਾਰ ਵਿੱਚ ਕਹਿ ਗਿਆ ਤੇ ਇਹ ਗੱਲ ਜਿਹੜੀ ਦੋ ਲੱਖ ਜੁਬਲੀ ਅਰਦਾਸ ਚੋਂ ਆਉਂਦੇ ਆਏ ਅਸੀਂ ਇਹ ਕਹਿੰਦੇ ਸਰਗੋਰਾ ਕਹਿੰਦੇ ਸਰਗੋਰਾ ਨੂੰ ਕਹਿੰਦੇ ਅਸੀਂ ਮੈਂ ਨਵਾਂ ਨੇ ਮਾਨ ਨਤਾ ਮੈਂ ਇੱਥੇ ਕਹਿ ਗਿਆ ਗੱਲ ਪਰ ਇਹ ਗੱਲ ਮੈਂ ਕੋਈ ਉਹਨੂੰ ਇਦਾਂ ਦੀ ਕਰਕੇ ਨਹੀਂ ਕਹੀ ਨਾ ਗੁਰੂ ਦਾ ਕੋਈ ਮੁਕਾਬਲਾ ਕਰ ਸਕਦਾ ਨਾ ਕੋ ਗੁਰੂ ਜਾ ਹੋ ਸਕਦਾ ਗੁਰੂ ਸਰਬੱਤ ਦੇ ਭਲੇ ਦੇ ਪ੍ਰਤੀਕ ਆ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਨਾਰਾਇਣ ਕਲਾਤਾਰ ਜਗ ਵਿੱਚ ਪਰਵਰਿਓ ਉਹਨਾਂ ਦਾ ਕਿਸੇ ਨਾਲ ਕੰਪੇਅਰ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਕਦੀ ਵੀ ਨਹੀਂ ਹੋਣਾ ਇਸ ਕਰਕੇ ਉਹਨਾਂ ਦੇ ਜਿਹੜੇ ਮੈਂ ਲਫ਼ਜ਼ੋں ਦੇ ਉਹਦੇ ਕੰਮ ਕਰਕੇ ਉਹਦੀ ਸ਼ਰਧਾ ਕਰਕੇ ਮੈਂ ਉਹਦੇ ਸਤਿਕਾਰ ਚ ਬੋਲ ਗਿਆ ਉਹ ਕਹਿੰਦੇ ਵੀ ਠੀਕ ਨੇ ਤੇ ਮੈਂ ਉਹਨਾਂ ਮੈਨੂੰ ਬੁਲਾਇਆ 28 ਤਰੀਕ ਨੂੰ ਮੈਂ ਤੇ ਹੱਥ ਜੋੜ ਕੇ ਸਿਰ ਨੀਵਾ ਕਰਕੇ ਜੋ ਹੁਕਮ ਹੋਏਗਾ ਸਿਰ ਮੱਥੇ ਮੰਨਾਂਗਾ ਜੋ ਕਹਣਗੇ ਉਹ ਕਰਾਂਗਾ ਮੈਨੂੰ ਕੋਈ ਫਰਕ ਨਹੀਂ ਕੋਈ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ ਇਸ ਤੋਂ ਉੱਚੀ ਸਿੱਖਾ ਦੇ ਕੋਲ ਕੋਈ ਜਥੇਬੰਦੀ ਨਹੀਂ ਇਸ ਤੋਂ ਡਾ ਕੋਈ ਤਖਤ ਨਹੀਂ ਤੇ ਜਥੇਦਾਰ ਸਾਹਿਬ ਦਾ ਹੁਕਮ ਜੋ ਉੱਥੇ ਹੋਏਗਾ ਉਹ ਸ਼ਰਮਤ ਬਨ ਕੇ ਹੱਥ ਜੋੜ ਕੇ ਮਾਫੀ ਮੰਗ ਲਾਂਗਾ ਉਹ ਜੋ ਕਿੰਦਰ ਜਦਾ ਕਹਿਣਗਾ ਉਹਦਾ ਕਹਣਾਗਾ ਮੈਨੂੰ ਕੋਈ ਦਿੱਕਤ ਨਹੀਂ ਹੈਗਾ ਇਸ ਕਰਕੇ ਹੋਈਆਂ ਪੁਲਾਜ ਮੈਂ ਮਾਫੀ ਮੰਗਦਾ ਖਿਮਾ ਮੰਗਦਾ ਲਫ਼ਜ਼ਾਂ ਦੇ ਮੈਂ ਕੋਸ਼ਿਸ਼ ਕਰਦਾ ਕਿਉਂਕਿ ਮੈਂ ਪੰਜ ਬਾਣੀਆਂ ਨਿਤਨੇਮੀਆਂ ਅਮਰ ਜੀ ਉੱਠਦਾ ਮੈਂ ਸਵੇਰੇ ਵੀ ਪੂਰੀਆਂ ਬਾਣੀਆਂ 10-12 ਪੜਦਾ ਸ਼ਾਮ ਨੂੰ ਵੀ ਪੜਦਾ ਉਹ ਇੱਕ ਏਸੀ ਇਸ਼ਨਾਨ ਕਰਕੇ ਰੋਜ਼ ਦਾ ਮੈਂ ਕੋਈ ਇੱਕ ਮੁਖਾਵੇੜਾ ਸਿੱ ਹਾਲਾਂਕਿ ਇਸ ਕਰਕੇ ਗਲਤੀ ਵੀ ਹੋ ਸਕਦੀ ਹੈ ਗਲਤੀ ਬੰਦਿਆ ਕੋ ਹੁੰਦੀ ਆ ਉਹਦੀ ਮੈਂ ਮਾਫੀ ਮੰਗਣ ਜਾਊਗਾ 28 ਦਿਨ ਪੇਸ਼ ਹੋਊਗਾ ਜਾ ਕੇ ਹੱਥ ਜੋੜ ਕੇ ਮਾਫੀ ਮੰਗ ਕੇ ਲਗਾ